ਕੋ ਲੁੱਟੀ ਹੋਈ ਲਾਸ਼ ਦਾ ਰਾਹ ਦੇ ਹੋ, ਉਹ ਮੈਨੂੰ ਨਜ਼ਰ ਗੁਜ ਰਹੀ ਹੈਗਾ, ਉਹ ਮੇਰਾ ਪੁੱਤਰ ਮਰ ਗਈ ਹੈ। ਸਫਾ ਬਣਾਓ ਸਫਾ। ਮੈਂ ਜੀਂਦਾ ਪੁੱਤਾ ਹਾਏ ਹਾਏ, ਭਾਈ ਬਸ਼ੀਰ ਹੁਸੈਨ ਤੇਰੀ ਸਾਲ ਦੀ ਮਿਹਨਤ ਤੇ ਵਾਹਿਣ ਸੁਣੇ। ਉਹ ਮੇਰੀ ਮਾਵਾਂ ਭੈਣਾਂ ਤੁਸਾਂ ਰੱਜ ਕਰੂ ਗਿਆ। ਉਹ ਮੈਂ ਲੁੱਟੀ ਹੋਈ ਲਾਸ਼ ਦਾ ਬਾਬਾ, ਲੁੱਟੀ ਹੋਈ ਲਾਸ਼ ਦਾ ਰਾਹ ਦੇਵੋ, ਓ ਮੈਂ ਲੁੱਟੀ ਹੋਈ ਲਾਸ਼ ਦਾ ਬਾਬਾ, ਜੀਓ ਮਾਤਮੀ, ਓ ਮੈਂ ਕੋ ਲੁੱਟੀ ਹੋਈ ਲਾਸ਼ ਦਾ ਰਾਹ ਦੇਵੋ। ਸਦਾ ਜੀਓ ਜਿਤਨੇ ਦਰਦਾਰ ਖੜੋ ਬੈਣ ਸੁਣ। ਹਾਏ ਹਾਏ, ਉਹ ਮੇਰੀ ਅੱਖੀਆਂ ਸਾਹਮਣੇ ਪੁੱਤਰ ਮੇਰਾ ਤੁਸਾਂ ਨੇ ਵਿੱਚ ਤਕਸੀਮ ਕੀਤਾ, ਮੈਂ ਦੇਖਦਾ ਰਹੀ ਹਾਂ ਹੋਇਆ ਕਿਆ। ਉਹ ਇੱਕ ਨੇ ਦੇ ਨਾਲ ਜਿਗਰ ਉਦਾ ਜ਼ਰਦਾਰ ਖੜੋ ਬੈਣ ਤੇ ਤਵਜੋ। ਉਹ ਮੇਰੀ ਅੱਖੀਆਂ ਸਾਹਮਣੇ ਪੁੱਤਰ ਮੇਰਾ ਤੁਸਾਂ ਨੇ ਦੇ ਵਿੱਚ ਤਕਸੀਮ ਕੀਤਾ, ਹਾਏ 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 ਗਰੀਬੀ, ਉਹ ਕਿੰਨੇ ਦੇ ਨਾਲ ਜਿਗਰ ਹੁੰਦਾ, ਜਿਗਰ ਵਾਲਾ ਨਿਹਦਾ ਦੇਵੋ। ਹਾਏ ਹਾਏ, ਹਾਏ ਮੈਂ ਜੀਂਦਾ, ਹਾਏ ਬਚੜਾ ਦੇਵੋ, ਮੈਂ ਜੀਂਦਾ, ਹਾਏ ਬਚੜਾ ਦੇਵੋ, ਮੈਂ ਜੀਂਦਾ, ਜਿਉਂਦਾਰ ਜਿਤਨੇ ਵਾਲੀ ਅਕਬਰ ਦੇ ਮਾਤਮੀ ਖੜਿਓ, ਪਿਓ ਦੀ ਗੁਰਬਤ ਸੁਣਨੀ ਹੈ।
ਚੂ ਰੁਝਦਾ ਆਵੇ ਨੇ ਯਾਰ ਨਹੀਂ ਆਉਂਦਾ ਜੀ ਤੂੰ ਵੱਡੇ ਮਸਾਇਬ ਗੁਰਬਤ ਪਿਉ ਦੀ ਹੋਇਆ ਕਿਆ ਉਹ ਮੈਡੇ ਲੁੱਟੇ ਓ ਪੁੱਤਰ ਦਲਾਸ਼ੇ ਤੂੰ ਤੋੜੇ ਹੁਣ ਤਾਂ ਭੀੜ ਹਟਾ ਦੇਵੋ ਓ ਮੈਡੇ ਲੁੱਟੇ ਓ ਪੁੱਤਰ ਦਲਾਸ਼ੇ ਤੂੰ ਹਟਾ ਦੇਵੋ ਜਾ ਹੁਸੈਨ ਮੰਗਿਆ ਮੈਂ ਕਤਾ ਦਿਆ ਬਜਾ ਦੇਵੋ ਮੈਂ ਜੀਦਾ ਤਨੇ ਮੰਗਿਆ ਮੈਂ ਕਤਾ ਲਤਿਆ ਬਜਾ ਦੇਵੋ ਮੈਂ ਜੀਦਾ ਤਨੇ ਮੰਗਿਆ ਮੈਂ ਕਤਾ ਲਤਿਆ ਬਜਾ ਦੇਵੋ ਮੈਂ ਜੀਦਾ ਅੱਜ ਤੂੰ ਚਾਰ ਦਿਹਾੜੇ ਪਹਿਲੇ ਅੱਜ ਤੂੰ ਚਾਰ ਦਿਹਾੜੇ ਪਹਿਲੇ ਤੁਹਾਡਾ ਤੇ ਮੈਡਾ ਉਹ ਮਸਮੂਮ ਦੁਨੀਆਂ ਤੋਂ ਟੁਰ ਗਈ ਹੈ ਜਿਸ ਦੇ ਜਨਾਜ਼ੇ ਚਾਵਣ ਵਾਲਾ ਉਹ ਹਾਈ ਜਿਹੜੇ 14 ਸਾਲ ਖੈਰ ਤੋਂ ਬਾਅਦ ਮੰਡੀ ਦੇ ਬਾਬੁਲ ਹਵਾਈ ਦਾ ਬਾਬਾ ਇਮਾਮ ਜਾਫਰ ਸਾਦਿਕ ਅਲੈਹ ਸਲਾਮ ਦੁਨੀਆ ਤੋਂ ਅੱਖਾਂ ਟੁਰਿਆ ਭਾਈ ਬਸ਼ੀਰ ਹੁਸੈਨ ਦਾ ਮੋਬਾਈਲ ਔਰ ਵਾਇਲਟ ਜੇ ਵਿੱਚੋਂ ਨਿਕਲ ਗਿਆ ਅਗਰ ਜੇ ਠਹਿ ਗਈ ਹੈ ਤਾਂ ਕਿਸੇ ਅਜ਼ਾਦਾਰ ਨੂੰ ਮਿਲੇ ਤਾਂ ਵਾਪਸ ਕਰਿਆ ਜਾ ਮੈਂ ਗੁਰਬਤ ਇਮਾਮ ਜਾਫਰ ਸਾਦਿਕ ਅਲੈਹ ਸਲਾਮ ਪੀਆ ਸੁਣਵਾਇਨਾ 15 ਸ਼ਿਵਾਲ ਸੈਯਦਜ਼ਾਦਾ ਤੁਹਾਡੇ ਡਾਡੇ ਦਾ 8 ਪੁੱਤਰ ਜਨਾਜ਼ਾ ਚਾਹ ਕੇ ਟੁਰੇ ਜਿਹੜਾ ਮੰਜ਼ਰ ਬਣਿਆ ਸੁਣਾਵਾ ਤਾਬੂਤ ਹੈ ਜਾਫਰ ਸਾਦਿਕ ਦਾ ਜਿਹੜਾ ਮੂਸਾ ਕਾਜ਼ਮ ਚਾਹੀ ਤਾਬੂਤ ਹੈ ਜਾਫਰ ਸਾਦਿਕ ਦਾ ਜੀਓ ਮਾਤਮੀ ਪੁਸ਼ਾ ਆਖਰੀ ਵਾਰੀ ਬਾਬੇ ਦਾ ਮੰਜ਼ਰ ਕਿਹੜਾ ਬਣਿਆ ਜਦੋਂ ਜਨਾਜ਼ਾ ਚਵਿਆ ਉਹ ਮਈ
ਸ਼ਰੀਅਤ ਜੋ ਟੁਰਦੇ ਭੀੜ ਦੇ ਵਿੱਚ ਇੱਕ ਕੈਦੀ ਮਹਾਮਲ ਯਾਦ ਆਉਂਦਾ ਹਾਏ ਹੋਇਆ ਕਿਆ ਜੀ ਉਹ ਬਾਤ ਵੀ ਸਜਾਦ ਦੇ ਵਾਂਗੂ ਤੂੰ ਕਾਜ਼ਮਾ ਮਾਰ ਨਿਵਾਹੀ ਆਂਦਾ ਯਾ ਹੁਸੈਨ ਹਾਏ ਤਾਂ ਬਹੁਤ ਹੈ ਜਦੋਂ ਜਨਾਜ਼ਾ ਟੁਰਿਆ ਜਿਹੜੇ ਸੈਯਦ ਖੜੇ ਹੋ ਤੁਹਾਡੇ ਡਾਡੇ ਦੀ ਗੁਰਬਤ ਪਿਆ ਸੁਣਵਾਇਆ ਮੰਜ਼ਰ ਕਿਹੜਾ ਬਣਿਆ ਬਕੀਆ ਤਾਈਂ ਕੀ ਖੂਨ ਅਨੂਹ ਦਾ ਕਫਾਨ ਗਿਆ ਕੋਈ ਇਹ ਜਿਹਾ ਜ਼ਹਿਰ ਪਿਲਾਇਆ ਗਏ ਜੀਓ ਪਿਲਾਇਆ ਗਏ ਕੋਈ ਇਹ ਜਿਹਾ ਜ਼ਹਿਰ ਪਿਲਾਇਆ ਗਏ ਜੀਓ 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 ਮਾਤਮੀ ਪਿਲਾਇਆ ਗਏ ਉਹ ਸ਼ਾਹ ਕਫਾਨ ਚ ਜਿਗਰ ਖਿੰਡਾਈ ਆਂਦੇ ਬਸ ਆਖਰੀ ਵੈਣ ਜਿਸ ਦਾ ਹੁਕਮ ਹੈ ਮਾਤਮੀਆਂ ਦੀ ਫਰਮਾਇਸ਼ 'ਤੇ ਪੜ੍ਹਦਾ ਪਈ ਹਾਂ ਪਿਛਲਾ ਮਹੀਨਾ ਰਮਜ਼ਾਨ ਦਾ ਮਹੀਨਾ ਹਾ ਬਾਬਾ ਬੋਲੋ ਨਹੀਂ ਇੱਕ ਪਾਸੀ ਆਖਰੀ ਵਹਿਣ ਪਈ ਆ ਸੁਣ ਮੈਨਾ ਤੁਹਾਡੇ ਮਾਤਮੀਆਂ ਦੀ ਫਰਮਾਇਸ਼ 'ਤੇ 20 ਔਰ 21 ਰਮਜ਼ਾਨ ਅੱਧ ਰਾਤ ਦਾ ਵੇਲਾ ਸੈਯਦਜ਼ਾਦਾ ਪੁੱਤਰਾਂ ਦੀ ਵਸੀਤਾਂ ਮੁੱਕ ਗਈਆਂ ਜ਼ਖਮੀ ਅਮੀਰ ਕਾਇਨਾਤ ਵੱਡੀ ਪਰਦਾਦਾਰ ਧੀ ਦੇ ਪਾਸੇ ਦੇ ਕੇ ਮਿੰਨਤ ਵਾਲੇ ਹੱਥ ਬੰਨੇ ਅਤੇ ਰੋ ਕੇ ਆਖਰੀ ਵੇਲੇ ਅਲੀ ਅਲੈ ਸਲਾਮ ਆਲੀ ਹਸੈਨ ਨੂੰ ਜਿਹੜੀ ਮਿੰਨਤ ਕੀਤੀ ਸੁਣਾਵਾਂ ਜ਼ਖਮੀ ਅਮੀਰ ਕਾਇਨਾਤ ਰੋਂਦਾ ਹੀ ਬੈਠਾ ਹੈ ਅਤੇ ਮਿੰਨਤ ਕਰਕੇ ਮਿੰਨਤ ਕਰਿੰਦਾ ਬੈਠਾ ਮਿੰਨਤ ਵੀ ਸੁਣੇ ਨਾ ਸਾਡੇ ਆਲੀ ਅਧੀ ਕੂ ਪਾਕ ਅਲੀ ਕੀ ਤਜਾਰੀ ਏ ਫਰਮਾਨੇ ਕਿਆ ਕੁਰਾਨ ਸੁਣਾ ਮੈਂ ਜ਼ਖਮੀਆਂ ਸੈਯਦਾ ਦਾ
ਹੈ ਕਿਤਨਾ ਲਸੜਾ ਮੈਂ ਜੱਗ ਮੇਂ ਹਾਂ ਉਹ ਬੜੀ ਹਸਰਤ ਪੂਰੀ ਕਰ ਬਚੜੀ ਸਦਾ ਜੀਓ ਸਦਾ ਜੀਓ ਦਰਬਾਰ ਸੜਿਆ ਗੁਰਹਾਨ ਸੁਣਾ ਆਖਰੀ ਵੈਣ ਤਦੂਆ ਭਾਈ ਬਸ਼ੀਰ ਆਖਰੀ ਵੈਣ ਜੇ ਹੁਕਮ ਦਿੱਤਾ ਹੀ ਨੇ ਭਾਈ ਬਸ਼ੀਰ ਸਾਹਿਬ ਜਿਤਨੇ ਆਜ਼ਾਦਾਰ ਮਾਤਮੀ ਖੜੇ ਹੋ ਹਸਨੈਨ ਸ਼ਾਹ ਜੀ ਭਾਈ ਨਈਮ ਅਬਾਸ ਸਾਰੇ ਆਜ਼ਾਦਾਰ ਖੜੇ ਹੋ ਹਾਏ ਹਾਏ ਮਾਂ ਦੀ ਝੋਲੀ ਤੂੰ ਆਜ਼ਾਦਾਰ ਹੋ ਮੈਂ ਪਰਦੇਸੀ ਹੋ ਕਿ ਮਿੰਨਤ ਪਿਆ ਕਰੇ ਨਾ ਇੱਕ ਸਵਾਲ ਦਾ ਜਵਾਬ ਮਾਵਾਂ ਭੈਣਾਂ ਤੁਸੀਂ ਆਜ਼ਾਦਾਰੀ ਦੀ ਹੋ ਅਮੀਰ ਕਾਇਨਾਤ ਕਿਹੜੀ ਹਾਲਤ ਹੈ ਦੁਨੀਆ ਤੋਂ ਟੁਰੇ ਜ਼ਰਬ ਲੱਗੀ ਸਾਰ ਜ਼ਖਮੀ ਕੋਈ ਤਾਂ ਸੈਦ ਰੋ ਕੇ ਦੱਸੇ ਮਾਂ ਕਿਹੜੀ ਹਾਲਤ ਹੈ ਜੋ ਦੁਨੀਆ ਲਗਵਾਏ ਮਾਂ ਦੇ ਪੱਟੀਆਂ ਬੱਲੇ ਆ ਰੋਵਣ ਵਾਲਿਆ ਏਡੀ ਗਰੀਬ ਅੱਜ ਪਿਓ ਦੀ ਪੱਟੀਆਂ ਹੀ ਬਣਦੀ ਖੜੀ ਹੈ ਤਾਂ ਹੀ ਤਾਂ ਮੀਰੇ ਕਾਇਨਾਤ ਰਿਜ਼ਵਾਨ ਤਾਂ ਹੀ ਤਾਂ ਮੀਰੇ ਕਾਇਨਾਤ ਆਖਰੀ ਵੇਲੇ ਰੋ ਕੇ ਆਲੀ ਹਸੈਨ ਦੇ ਪਾਸੇ ਦੇਖਿਆ ਦੇਖ ਬੈਠੇ ਜਿਵੇਂ ਮਾਂ ਦੇ ਜ਼ਖਮੀ ਪਾਸੇ ਦੇ ਫਟੀਆਂ ਬਦੀਆਂ ਵੇੜੇ ਵਿੱਚ ਮਾਤਮ ਨਹੀਂ ਆਉਂਦਾ ਹਾਏ ਹਾਏ ਮਿੰਨਤ ਹਾਯੂ ਮੈਂ ਸਰ ਮੇਰੇ ਕੋ ਆਪ ਸੁਹਾ ਹਾਏ ਕਰ ਬਾਬੇ ਤੇ ਐਸਾਨ ਹਾਏ ਹਾਏ ਸੁਣਾ ਮੈਂ ਸਕ
ਤੂੰ ਘਰ ਵਿੱਚ ਟੁਰਣਾ ਬਾਨੀ ਜੀ ਸਾਲ ਦੀ ਮਿਹਨਤ ਹਰ ਅਜ਼ਾਦਾਰ ਬਹਿ ਵੰਜੇ ਇੱਕ ਵਾਰੀ ਅਜ਼ਾਦਾਰ ਤੁਸਾਂ ਬਹਿ ਵੈਸੋ ਜਿਤਨੇ ਅਜ਼ਾਦਾਰ ਖੜੋ ਇੱਕ ਵਾਰੀ ਮਿੱਟੀ ਤੇ ਬਹੋ ਮੈਂ ਦੱਸਾਵਾਂ ਆਲੀਆ ਸੈਣ 21 ਰਮਜ਼ਾਨ ਦੀ ਰਾਤ ਕਿਵੇਂ ਆਖਰੀ ਵੇਲਾ ਅਮੀਰ ਕਾਇਨਾਤ ਦਾ ਜਿਤਨੇ ਸੈਯਦ ਬੈਠੇ ਹੋ ਧੀ ਦੇ ਪਾਸੇ ਦੇਖ ਕੇ ਵੈਣ ਕਰਕੇ ਆਦਾ ਸੈਯਦ ਆਦਾ ਤੂੰ ਘਰ ਵਿੱਚ ਟੁਰਨਾ ਮੇਰੀ ਜ਼ਬਾਨੀ ਸੁਣਿਓ ਜਡਾ ਲਈ ਅਸਾਂ ਸੁਣਿਆ 18 ਫਿਰਾਵਾਂ ਦੀ ਕਤਾਰ ਡਿੱਠੀ ਪਿਓ ਦੇ ਪਾਸੇ ਦੇਖ ਕੇ ਰੋ ਰੋ ਕੇ ਆਦੀਏ ਬਾਬਾ ਮੈਂ ਕਿਉਂ ਤੁਰਸਾ ਹੋ ਮੇਰਾ ਬਾਬਾ ਸਾਈ ਹੋ ਮੇਰੇ ਵੀਰ ਤਾਂ ਨਹੀਂ ਕੋਈ ਥੋੜਿਆ ਦੀਏ ਜਾਹੇ ਭੈਣ ਦੇਵੀ ਰੀ ਅਠਾਰਾ ਹੋਵੇਣਾ ਹੋਏ ਉਹਨੂੰ ਟੁਰਨ ਦੀ ਖੇੜੀ ਕਰੋ ਸਰ ਦਾ ਮਾਤਮ ਜਡਾ ਮੀਰ ਕਾਇਨਾਤ ਧੀ ਦੀ ਗੁਰਬਤ ਸੁਣੀ ਅਸਨੈਨ ਸ਼ਾਰੀ ਤੁਹਾਡੀ ਇੱਜ਼ਤ ਦੀ ਕਸਮ ਹੈ ਭਾਈ ਬਸ਼ੀਰ ਹੁਸੈਨ ਪਿਓ ਰੋ ਰੋ ਕੇ ਧੀ ਦੇ ਪਾਸੇ ਵਹਿਣ ਕਰਕੇ ਆਦਾਈ ਬਹੁ ਮਾਣ ਨ ਕਰ ਤੂੰ ਮੀਰਾ ਦੇ ਹੋ ਵੀ ਖਾਲਕ ਦੀ ਤਕਦੀਰ ਇਹ ਵੀ ਹੋ ਸਕਦਾ ਹੈ ਆਖਰੀ ਵੈਣ ਦੀ ਇਜਾਜ਼ਤ ਦਰਜਾਤ ਬੁਲੰਦ ਹੋਏ ਬਾਬਾ ਸਾਬਿਰ ਹੁਸੈਨ ਸ਼ਾਹ ਬੇਹਲਾਲੇ ਜਿਹਨਾਂ ਸੁਣਿਆ ਇਹ ਵੈਣ ਮੈਂ ਆਪਣੀ ਮਾਵਾਂ ਅਤੇ ਵਹਿਣਾਂ ਦੇ ਹਿੱਸੇ ਦਾ ਪਿਓ ਭਾਈ ਬਸ਼ੀਰ ਹੁਸੈਨ ਝੋਲੀਆਂ ਫੈਲਾਓ ਇੱਕ ਦੁਆ ਮੰਗਾਈ ਜਾਵਾਂ ਰੋਵੜਾ ਲਿਓ ਦੁਆ ਬੱਗੀ ਕਰੋ ਛਲ ਕੈਦੀ ਦੇ ਸਾਹਮਣੇ ਪਿਓ ਨਵਰ ਰੋਵੜਾ ਲਿਆ ਦੀ ਆਦੀ ਦੁਨੀਆ ਖਤਮ ਹੋਵੇ ਜਾਦਾ ਸਾਹਮਣੇ ਪਿਓ ਮਰਦਾ ਹੋਵੇ ਜਡਾ ਮੀਰੇ ਖੈਰਾਤ ਦੇ ਸਾਹ ਬੰਦ ਹੋਏ ਆਲੀਆ ਸੈਣ ਪਿਓ ਦੀ ਦਾੜੀ ਚੁੰਮੀ ਹੈ ਰੋ ਰੋ ਕੇ ਆਦੀਏ ਬਾਬਾ ਹਾਇਓ ਵਸਦਾ ਵੇਲਾ ਹਾਇਓ ਹੋ ਵੀ ਬਾਬਾ ਹੋ ਸ਼ਾਲਾ ਰਾਹਨੀ ਪੁੱਤਾ ਹਰੀ ਅਮਾਨ ਅੱਜ ਮੌਤ ਤਰੀ ਨੇ ਹਾਇਓ ਤਰੋੜ ਦਿੱਤੇ ਉਹ ਜਿਹੜੇ ਹੋਣ ਫੇਕੇ ਰੋ ਰੋ ਕੇ ਆਖੀਏ ਅੱਗੋਂ ਮਰਦੀ ਹੋਦੀ ਏ ਹਾਇਓ ਭਾਈਆਂ ਦੀ ਉਹ ਕੋਈ ਜਾਣੇ ਨਾ ਜਾਣੇ ਆਦਿ ਬੈਠੀਏ ਵਾਲਿਆ ਬਸ ਦਰਵਾਜ਼ੇ ਤੇ ਉਹ ਜਿਵੇਂ ਆ ਬਾਂਧਣਾ ਜਿਤਨੇ ਬਜ਼ੁਰਗ ਇਸ ਦੁਨੀਆਂ ਤੋਂ ਟੁਰ ਗਏ ਮਾਲਿਕ ਅੱਲਾਹ ਇਸ ਪੂੜੀ ਵਿਛਾਵਣ ਦਾ ਸਦਕਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਉਹਨਾਂ ਨੂੰ ਜੰਨਤ ਉਲ ਫਿਰਦੌਸ ਜਗ੍ਹਾ ਤਾਂ ਫਰਮਾ